ਲੈ ਵੀ ਗੇਲ ਅੱਜ ਕੱਢਦੇ ਇੰਗਲੈਂਡ ਦਾ ਤੇਲ। ਕਿਉਂ ਫਿਰ ਗੇਂਦ ਇੰਜ ਨੀ ਬਾਉਂਡਰੀ ਤੋਂ ਬਾਹਰ ਗਈ ਜਿਵੇਂ ਮੁਸ਼ਰਫ ਗਿਆ? ਇਹ ਤੇ ਹਲੇ ਟੇਲਰ ਸੀ, ਫਿਲਮ ਅਭੀ ਬਾਕੀ ਹੈ। ਉਹ ਇੱਕ ਅੱਧ ਛੱਕਾ ਤੇ ਵੱਜ ਹੀ ਜਾਂਦਾ ਹੈ। ਐ ਲੈ ਫਿਰ ਫੇਸਬੁੱਕ ਦਾ ਅਕਾਊਂਟ ਵੈਰੀਫਾਈ ਹੋ ਗਏ। ਯਾਰ ਬੱਬੂ ਇਹ ਚੌਕੇ ਕਿਉਂ ਨੀ ਮਾਰਦਾ? ਉਹ ਇਸ ਲਈ ਕਿ ਥੱਲੇ ਟ੍ਰੈਫਿਕ ਬੜੀ ਹੁੰਦੀ ਹੈ। ਕੋਈ ਇਹਦਾ ਕਿਨਵਾ ਛੱਕਾ ਸੀ? ਐ ਲੈ ਹਲੇ ਤੂੰ ਪਿਛਲੇ ਨੀ ਗਿਣੇ ਤੇ ਅਗਲੇ ਤੇਰੇ ਫੁੱਫੜ ਨੇ ਗਿਣੇ ਆ। ਲਓ ਜੀ ਇੱਕ ਹੋਰ ਛਿੱਕਾ। ਉਹ ਇਹਨੂੰ ਮਾਂ ਪਿਓ ਨੇ ਸਿੰਗਲ ਲੈਣ ਦੀ ਤਮੀਜ਼ ਨੀ ਸਿਖਾਈ? ਬੇਟਾ ਇਹ ਕ੍ਰਿਸ ਗੇਲ ਆ, ਮਿਸਬਾ ਨਹੀਂ। ਕਿਉਂ ਫਿਰ ਵੈਸ਼ੀ ਨੂੰ ਕਦੀ ਵੈਸ਼ੀ ਹੁੰਦਿਆਂ ਵੇਖੇ? ਯਾਰ ਬੱਬੂ ਇਹ ਪਿੱਚ ਮਾੜੀ ਹੈ ਕਿ ਬੋਲਿੰਗ ਮਾੜੀ ਹੈ? ਬੇਟਾ ਇੰਗਲੈਂਡ ਦੀ ਕਿਸਮਤ। ਯਾਰ ਬੱਬੂ ਇਹ ਤਾਂ ਗੇਂਦਾ ਹੀ ਬਾਹਰ ਸਿੱਟੀ ਜਾਂਦਾ, ਇਹਨੇ ਕੋਈ ਤਮਾਸ਼ਾ ਹੀ ਜ਼ਖਮੀ ਕਰ ਦੇਣਾ ਤੇ ਨਾ ਬੈਠਣ ਨੰਗੇ ਸਿਰ। ਐ ਲੈ ਫਿਰ ਇੱਕ ਹੋਰ ਛਿੱਕਾ। ਓਏ ਬੱਬੂ ਯਾਰ ਮੇਰੇ ਦੰਦੀ ਵੱਡੀ, ਮੈਂ ਕਿਤੇ ਖਾਬ ਤਾਂ ਨਹੀਂ ਵੇਖਣ ਡਿਆ? ਇੱਕ ਮਿੰਟ ਠਹਿਰ ਜਾ, ਪਹਿਲੇ ਤੇ ਤੂੰ ਮੇਰੇ ਦੰਦੀ ਵੱਢਣਾ। ਓਏ ਬੱਬੂ ਐ ਤਾਂ ਧੂੜਾ ਕੁੱਟੀ ਜਾਂਦਾ ਈ। ਲੈ ਮੇਰੇ ਹਿਸਾਬ ਨਾਲ ਤਾਂ ਮਰਿਆਂ ਨੂੰ ਕੁੱਟੀ ਜਾਂਦਾ ਈ। ਓ ਸ਼ੁਕਰ ਐ ਯਾਰ ਇਹਨੇ ਸਿੰਗਲ ਵੀ ਲਈ। ਓਏ ਅਗਲੇ ਨੇ 100 ਪੂਰਾ ਕਰਕੇ ਛਾਪਰ ਚ ਪਾਇਆ। ਅਮਾਨ ਨਾਲ ਇੱਥੇ ਪਾਕਿਸਤਾਨੀ ਖਿਲਾੜੀ ਹੁੰਦੇ, ਉਹਨਾਂ ਨੇ ਇਹਦੇ ਕੋਲ ਬੱਲਾ ਖੋਲਣਾ ਸੀ।